ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਆਦੇਸ਼ ਮੁਤਾਬਕ 550 ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਰੇ ਪ੍ਰੋਗਰਾਮ ਜਿਹੜੇ ਹੈ ਉਹ ਸਾਂਝੇ ਤੌਰ 'ਤੇ ਉਲੀਕੇ ਜਾਣਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਪੰਜਾਬ ਸਰਕਾਰ ਮਿਲ ਕੇ ਇਹਨਾਂ ਸਮਾਗਮਾਂ ਨੂੰ ਇਕੱਠੇ ਹੀ ਮਨਾਏਗੀ। ਇਸ ਨੂੰ ਲੈ ਕੇ ਅੱਜ ਇੱਕ ਸਾਂਝੀ ਤਾਲਮੇਲ ਕਮੇਟੀ ਦੀ ਬੈਠਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੇਨ ਦਫ਼ਤਰ ਦਰਬਾਰ ਸਾਹਿਬ ਦੇ ਕੋਲ ਹੋਈ ਹੈ, ਜਿਸ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਸੁਖਜਿੰਦਰ ਸਿੰਘ ਰੰਧਾਵਾ ਕੈਬਨਿਟ ਮਿਨਿਸਟਰ ਸ਼ਾਮਿਲ ਹੋਏ ਨੇ ਔਰ ਇਸ ਦੇ ਉੱਤੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ। ਜਿਹੜੇ ਸਮਾਗਮ ਇਸ ਉਲੀਕੇ ਜਾਣੇ ਨੇ ਉਹਨਾਂ ਦੀ ਰੂਪ ਰੰਗ ਔਰ ਢੰਗ ਨੂੰ ਕਿਸ ਤਰ੍ਹਾਂ ਉਲੀਕਿਆ ਜਾਣਾ ਹੈ ਦੋਨਾਂ ਨੇ ਸਾਂਝੇ ਤੌਰ 'ਤੇ ਕਿਹਾ ਹੈ। ਸਾਂਝੀ ਸਟੇਜ ਲਗਾਈ ਜਾਏਗੀ ਔਰ ਇਹਨਾਂ ਸਮਾਗਮਾਂ ਦੇ ਉੱਤੇ ਜਿਹੜੇ ਕਿੰਤੂ ਪਰੰਤੂ ਹੋ ਰਹੇ ਸੀਗੇ ਉਹ ਵੀ ਇਹਨਾਂ ਨੇ ਮਿਲ ਬੈਠ ਕੇ ਤੈਅ ਕੀਤਾ ਹੈ ਕਿ ਇਸ ਦੇ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਹੋਏਗਾ, ਕੋਈ ਰਾਜਨੀਤੀ ਨਹੀਂ ਹੋਏਗੀ ਔਰ ਇਹ ਸਾਰੇ ਸਮਾਗਮ ਜਿਹੜੇ ਹੈ ਸਾਂਝੇ ਤੌਰ 'ਤੇ ਮਨਾਏ ਜਾਣਗੇ। ਦੇਖੋ ਇੱਥੇ ਜਿਸ ਸਥਾਨ 'ਤੇ ਅਸੀਂ ਬੈਠੇ ਹਾਂ ਇੱਥੋਂ ਸਾਨੂੰ ਸਰਬ ਸਾਂਝੀਵਾਲਤਾ ਦਾ ਉਪਦੇਸ਼ ਮਿਲਦਾ। ਗੁਰੂ ਨਾਨਕ ਸਾਹਿਬ ਜਿਹੜੇ ਜਗਤ ਗੁਰੂ ਹੋਏ ਨੇ ਉਹਨਾਂ ਦੇ ਲਈ ਕੋਈ ਸਿਆਸੀ ਨਹੀਂ, ਕੋਈ ਕੁਛ ਨਹੀਂ। ਜਿਸ ਵੇਲੇ ਉਹਨਾਂ ਨੇ ਇਹਨਾਂ ਦੇ ਜਿਸ ਵੇਲੇ ਉਹਨਾਂ ਨੇ ਅਵਤਾਰ ਧਾਰਿਆ ਉਹਨਾਂ ਦਾ ਅਵਤਾਰ ਪੁਰਬ ਆ। ਅਸੀਂ ਸਾਰੇ ਹੀ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਬਿਲਕੁਲ ਕੋਈ ਰਾਜਨੀਤਿਕ ਇਸ ਸਮਾਗਮ ਦੇ ਵਿੱਚ ਸਾਡੀ ਗਵਰਨਮੈਂਟ ਜਿਹੜੀ ਹੈ ਸਾਡੇ ਵੱਲੋਂ ਕੋਈ ਰਾਜਨੀਤਿਕ ਗੱਲ ਨਹੀਂ ਹੋ ਗਈ, ਸਿਰਫ ਅਤੇ ਸਿਰਫ ਗੁਰੂ ਨਾਨਕ ਸਾਹਿਬ ਦੇ ਜਿਹੜੇ ਉਪਦੇਸ਼ ਹੋਣਗੇ ਉਹਨਾਂ 'ਤੇ ਚੱਲਣ ਦੀ ਕੋਸ਼ਿਸ਼ ਕੀਤੀ ਜਾਏ। ਇਹ ਮੀਟਿੰਗ ਜਿਹੜੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਹੁਕਮਾਂ ਅਨੁਸਾਰ ਇੱਕ ਤਾਲਮੇਲ ਕਮੇਟੀ ਬਣਾਈ ਗਈ ਸੀ, ਜਿਹਦੇ ਵਿੱਚ ਦੋ ਨੁਮਾਇੰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਦੋ ਪੰਜਾਬ ਸਰਕਾਰ ਦੇ, ਇੱਕ ਧਾਰਮਿਕ ਸੰਸਥਾ ਦਾ ਜਿਹਨਾਂ ਵਿੱਚ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਬੇਲਾਂ ਦੇ ਸਿੰਘ ਸਾਹਿਬ ਜਿੰਦਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਸ਼ਾਮਿਲ ਹਨ ਜੋ ਕਿ ਅੱਜ ਕੱਲ੍ਹ ਵਿਦੇਸ਼ ਵਿੱਚ ਹਨ। ਉਹਨਾਂ ਦੇ ਹੁਕਮ ਅਨੁਸਾਰ ਮੈਂ ਇਸ ਮੀਟਿੰਗ ਵਿੱਚ ਸ਼ਾਮਿਲ ਹੋਇਆ। ਮੀਟਿੰਗ ਵਿੱਚ ਸਰਬਸੰਮਤੀ ਨਾਲ ਇਹੀ ਪਾਸ ਕੀਤਾ ਗਿਆ ਕਿ ਜਿਹੜੀਆਂ ਸ਼ਤਾਬਦੀ ਦੇ ਸਮਾਗਮ ਆ ਸਾਰੇ ਇੱਕ ਜਗ੍ਹਾ 'ਤੇ ਮਨਾਏ ਜਾਣ, ਕੋਈ ਸਿਆਸਤ ਦਾ ਰੰਗ ਨਾ ਦਿੱਤੀ ਜਾਵੇ ਉਹਨੂੰ। ਇੱਕੋ ਸਟੇਜ ਹੋਊਗੀ ਜੋ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਚੱਲੇਗੀ। ਸੁਖਜਿੰਦਰ ਸਿੰਘ ਰੰਧਾਵਾ ਨੇ ਜਿਹੜਾ ਇਸ ਮੀਟਿੰਗ 'ਚ ਫੈਸਲਾ ਹੋਇਆ ਹੈ ਉਸ ਫੈਸਲੇ ਨੂੰ ਸ਼੍ਰੀ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੂੰ ਨਾਲ ਡਿਸਕਸ ਕਰਨਗੇ ਔਰ ਉਹਨਾਂ ਦੇ ਵੱਲੋਂ ਜੋ ਆਦੇਸ਼ ਹੋਏਗਾ ਜੋ ਉਹਨਾਂ ਨੂੰ ਕਿਹਾ ਜਾਏਗਾ ਉਹ ਸਾਂਝੇ ਤੌਰ 'ਤੇ ਹੀ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਉਹਨਾਂ ਤੋਂ ਜਾਣੂ ਕਰਾਇਆ ਜਾਏਗਾ। ਕੈਮਰਾਮੈਨ ਸਨ ਵਿਪਨ ਕੁਮਾਰ ਦੇ ਨਾਲ ਜੋਤੀ ਬਹਿਲ, ਦੈਨਿਕ ਸਵੇਰਾ ਟੀਵੀ, ਅੰਮ੍ਰਿਤਸਰ।